ਜਦੋਂ ਵੀ ਕਦੇ ਸਮਾਰਟ ਸਕੂਲਾਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਸੋਚਦੇ ਹੋਵੋਗੇ ਕਿ ਪੰਜਾਬ ਦੇ ਸਕੂਲ ਸਮਾਰਟ ਹੋ ਗਏ ਨੇ, ਲੇਕਿਨ ਇਹਨਾਂ ਸਮਾਰਟ ਸਕੂਲਾਂ ਦੇ ਵਿੱਚ ਕਦੇ ਅਧਿਆਪਕ ਗੈਰ ਹਾਜ਼ਰ ਹੁੰਦੇ ਨੇ ਤੇ ਕਦੇ ਪੜ੍ਹਾਉਣ ਦੇ ਲਈ ਜਗ੍ਹਾ ਨਹੀਂ ਹੁੰਦੀ। ਪੰਜਾਬ ਸਰਕਾਰ ਭਾਵੇਂ ਪਿੰਡਾਂ ਦੇ ਸਕੂਲਾਂ ਨੂੰ ਸਮਾਰਟ ਬਣਾਉਣ ਦੇ ਵਿੱਚ ਲੱਖ ਦਾਅਵੇ ਕਰਦੀ ਹੋਵੇ, ਪਰ ਜ਼ਮੀਨੀ ਪੱਧਰ ਤੇ ਸੱਚਾਈ ਕੁਝ ਹੋ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਪਿੰਡ ਮਾੜੀ ਗੌੜ ਸਿੰਘ ਦੇ ਸਰਕਾਰੀ ਮਿਡਲ ਸਕੂਲ ਤੋਂ ਮਿਲਦੀ ਹੈ, ਜਿੱਥੇ ਸਕੂਲ ਦੇ ਗਰਾਊਂਡ ਦੇ ਵਿੱਚ ਪਿੰਡ ਦਾ ਗੰਦਾ ਪਾਣੀ ਵੱਡੇ ਪੱਧਰ ਤੇ ਭਰ ਗਿਆ ਹੈ ਅਤੇ ਬੱਚਿਆਂ ਨੂੰ ਸਕੂਲ ਆਉਣ ਜਾਣ ਦੇ ਵਿੱਚ ਕਾਫੀ ਮੁਸ਼ਕਲ ਸਾਹਮਣੇ ਆਉਂਦੀ ਹੈ, ਜਿਸ ਕਾਰਨ ਬੱਚੇ ਸਕੂਲ ਦੀ 8 ਫੁੱਟ ਦੀ ਉੱਚੀ ਕੰਧ ਤੇ ਪੌੜੀ ਲਗਾ ਕੇ ਸਕੂਲ ਦੇ ਅੰਦਰ ਦਾਖਲ ਹੁੰਦੇ ਹਨ ਅਤੇ ਫਿਰ ਪੜ੍ਹਾਈ ਕਰਦੇ ਹਨ। ਬਾਕੀ ਤੁਸੀਂ ਆਪਣੇ ਅੱਖੀ ਹੀ ਦੇਖ ਲਵੋ ਕਿ ਬੱਚੇ ਰੋਜ਼ ਕਿਸ ਤਰ੍ਹਾਂ 8 ਫੁੱਟ ਦੀ ਕੰਧ ਟੱਪ ਕੇ ਸਕੂਲ ਦੇ ਅੰਦਰ ਦਾਖਲ ਹੁੰਦੇ ਨੇ। ਜਿਹੜਾ ਪਾਣੀ ਗੰਦਾ ਆਇਆ ਕਿੱਥੋਂ ਆਇਆ ਜੀ? ਛੱਪੜ ਚੋਂ ਜੀ, ਬਹੁਤ ਗੰਦਾ ਹੈ ਜੀ, ਲੋਕਾਂ ਦੀਆਂ ਲੈਟਰਿੰਗਾਂ ਵਾਲਾ ਹੈ, ਜਿਹੜਾ ਸਾਡੇ ਇੱਥੇ ਖਾਣਾ ਬਣਦਾ ਹੈ ਜੀ, ਸਾਨੂੰ ਇੱਥੇ ਬਿਮਾਰੀਆਂ ਵੀ ਲੱਗ ਸਕਦੀਆਂ ਹੈ ਜਿਹ 'ਚ ਡੇਂਗੂ ਮੱਛਰ ਆ ਜੀ, ਅਸੀਂ ਇਹਨਾਂ 'ਚ ਲੰਘ ਕੇ ਆਉਣਾ ਜੀ, ਸਾਡੇ ਪੈਰ ਵੇਖੋ ਕਿੰਨੇ ਖਰਾਬ ਹੋਏ ਆ ਜੇ ਜਿਹ 'ਚ ਸੱਪ ਆ। ਪਿੰਡ ਦਾ ਸਰਪੰਚ ਨੇ ਕੋਈ ਇੱਧਰ ਧਿਆਨ ਨਹੀਂ ਦਿੱਤਾ ਜੀ? ਨਹੀਂ। ਹੁਣ ਤੁਸੀਂ ਕੀ ਮੰਗ ਕਰਦੇ ਬੇਟਾ ਜੀ? ਮੰਗ ਕਰਦੇ ਸਾਡਾ ਸਕੂਲ ਵਧੀਆ ਬਣਾਉਣਾ ਚਾਹੁੰਦੇ ਹਾਂ। ਅੰਮ੍ਰਿਤਪਾਲ ਸਿੰਘ। ਪਿੰਡ? ਸਾਜੀ ਪਿੰਡ ਮਾੜੀ ਗੌੜ ਸਿੰਘ। ਤੇ ਮੁਸ਼ਕਲ ਕੀ ਹੈ ਤੁਹਾਨੂੰ ਸਕੂਲ ਵਿੱਚ? ਸਾਜੀ ਸਾਜੀ ਕੱਲ ਤੋਂ ਪਾਣੀ ਆਇਆ ਸਾਜੀ, ਰਾਤ ਦਾ ਕਿਸੇ ਨੇ ਕੰਧ ਤੋੜੀ ਆ। ਕਿੱਥੋਂ ਤੋੜੀ ਕੰਧ? ਸਾਜੀ ਉਹ ਤੋਂ। ਕਾਹਦਾ ਪਾਣੀ ਆ? ਸਾਜੀ ਛੱਪੜ ਦਾ। ਤੇ ਤੁਹਾਨੂੰ ਸਕੂਲ ਆਉਣ 'ਚ ਕੋਈ ਮੁਸ਼ਕਲ ਤਾਂ ਨਹੀਂ ਹੈਗੀ? ਸਾਜੀ ਮੁਸ਼ਕਲ ਆ। ਕੀ ਮੁਸ਼ਕਲ ਬੱਚੇ? ਸਾਜੀ ਅਸੀਂ ਉਧਰ ਦੀ ਸਾਜੀ ਪੌੜੀ ਲਾ ਕੇ ਆਉਂਦੇ ਹਾਂ। ਕਹਿਣਾ ਜਰਮਨਦੀਪ ਸਿੰਘ। ਤੇ ਤੁਹਾਨੂੰ ਕੀ ਮੁਸ਼ਕਲ ਆ ਸਕੂਲ 'ਚ? ਜੀ ਅਸੀਂ 7-8 ਫੁੱਟ ਉੱਚੀਆਂ ਕੰਧਾਂ ਤੋਂ ਪੌੜੀ ਲਾ ਕੇ ਉਤਰਦੇ ਹਾਂ, ਇਹਦੇ ਵਿੱਚ ਕੋਈ ਸੱਟ ਵੀ ਲੱਗ ਸਕਦੀ, ਬਹੁਤ ਪਾਣੀ ਆ ਗਿਆ ਸਕੂਲ ਵਿੱਚ, ਉਹਵੇ ਉਧਰ ਬਹੁਤ ਪਾਣੀ ਆ ਵਿੱਚ ਦੀ, ਜੇ ਕੋਈ ਬੱਚਾ ਨੰਗੇ ਬਿਮਾਰ ਵੀ ਪੈ ਸਕਦਾ। ਕੰਧਾਂ ਟੱਪਣ ਦਾ ਮੇਨ ਮਕਸਦ ਕੀ ਹੈ? ਕੰਧ ਟੱਪ ਕੇ ਕਿਉਂ ਆਉਂਦੇ ਤੁਸੀਂ? ਕਿਉਂਕਿ ਇੱਧਰ ਪਾਣੀ ਲੰਘਿਆ ਨਹੀਂ ਜਾਂਦਾ, ਬਹੁਤ ਜ਼ਿਆਦਾ ਪਾਣੀ। ਤੇ ਪਾਣੀ ਕਿਹੜੇ ਪਾਸੋਂ ਆਇਆ? ਪਾਣੀ ਉਹ ਜੀ ਛੱਪੜ ਵਿੱਚੋਂ ਆਇਆ ਜੀ ਕਿਸੇ ਨੇ। ਤੇ ਤੁਸੀਂ ਕੀ ਮੰਗ ਕਰਦੇ? ਅਸੀਂ ਆਉਂਦੇ ਹਾਂ ਵੀ ਸਾਡੇ ਸਕੂਲ ਸਾਫ਼ ਹੋ ਜੇ, ਪਾਣੀ ਸਰਕਾਰ ਸਾਧ ਆਉਂਦੇ ਹਾਂ। ਕੀ ਨਾਂ ਆਪਣਾ ਜੀ? ਕਾਜਲ। ਕਿਹੜਾ ਪਿੰਡ ਹੈ ਜਿਹੜਾ ਜੀ? ਮਾੜੀ ਥੇ ਵਾਲੀ। ਕੀ ਮੁਸ਼ਕਲ ਆ ਰਹੀ ਹੈ ਜਿਹੜੀ ਪਾਣੀ ਤੋਂ ਤੁਹਾਨੂੰ? ਜੀ ਅਸੀਂ ਜੀ ਸਾਨੂੰ ਪਾਣੀ ਤੋਂ ਮੁਸ਼ਕਲ ਇਹ ਆ ਰਹੀ ਹੈ ਜੀ, ਅਸੀਂ ਪਾਣੀ ਥਾਣੀ ਲੰਘ ਕੇ ਜੀ ਸਾਡੇ ਪੈਰ ਖਰਾਬ ਹੁੰਦੇ ਆ ਜੀ, ਜੇ ਹੁਣ ਅਸੀਂ ਕੰਧਾਂ ਥਾਣੀ ਟੱਪ ਕੇ ਆਉਂਦੇ ਹਾਂ ਜੀ, ਅਸੀਂ ਉੱਥੋਂ ਡਿੱਗ ਕੇ ਸੱਟ ਵੀ ਲਵਾ ਸਕਦੇ ਹਾਂ ਜੀ, ਪੜ੍ਹਨਾ ਚਾਹੁੰਦੇ ਹਾਂ ਅਤੇ ਪਰ ਸਰਕਾਰ ਕਹਿੰਦੀ ਆ ਨਾ ਸਮਾਰਟ ਸਕੂਲ ਬਣਾਇਆ, ਸਮਾਰਟ ਸਕੂਲ ਕਿਤਾਬਾਂ 'ਚ ਬਣਾਇਆ, ਬਣਾ ਕੇ ਵੀ ਸਾਨੂੰ ਦਿਖਾਉਣ ਆਹ ਸਮਾਰਟ ਸਕੂਲ ਆ, ਵੇਖੋ ਕਿੰਨੀ ਗਰਾਊਂਡ ਭਰੀ ਪਈ ਪਾਣੀ ਨਾਲ। ਜਿਹੜਾ ਖਾਣਾ ਲਾਗੇ ਬਣਦਾ ਉਹ ਵੀ ਇੱਦਾਂ ਲਾਗੇ ਪਾਣੀ ਉਹਦੇ ਜੀ? ਹਾਂਜੀ ਜੀ, ਵੇਖੋ ਤੁਸੀਂ। ਤੁਹਾਡਾ? ਸਵਰਨਜੀਤ ਕੌਰ ਜੀ। ਤੇ ਤੁਹਾਨੂੰ ਕੀ ਮੁਸ਼ਕਲ ਆ ਰਹੀ ਸਕੂਲ 'ਚ? ਸਰ ਸਕੂਲ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਜਿਹੜਾ ਕੰਧ ਦੇ ਨਾਲ ਜਿਹੜਾ ਛੱਪੜ ਹੈ, ਉਹ ਕੰਧ ਤੋੜ ਕੇ ਜਿਹੜਾ ਸਾਰਾ ਛੱਪੜ ਦਾ ਪਾਣੀ ਹੈ ਉਹ ਸਾਰੇ ਸਕੂਲ ਦੇ ਵਿਹੜੇ ਵਿੱਚ ਖਿਲਰ ਗਿਆ, ਜਿਹਦੇ ਕਰਕੇ ਬੱਚਿਆਂ ਨੂੰ ਅਤੇ ਸਾਰੇ ਸਟਾਫ ਨੂੰ ਸਕੂਲ ਦੇ ਅੰਦਰ ਆਉਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ। ਬਾਕੀ ਜਿਹੜੀ ਸਾਡੀ ਮਿਡ ਡੇ ਮੀਲ ਵਾਲੀ ਰਸੋਈ ਹੈ, ਇਹ ਛੱਪੜ ਦਾ ਗੰਦਾ ਸੀਵਰੇਜ ਵਾਲਾ, ਲੋਕਾਂ ਦੀ ਗੰਦਗੀ ਵਾਲਾ ਪਾਣੀ ਜਮ੍ਹਾਂ ਬਿਲਕੁਲ ਮਿਡ ਡੇ ਮੀਲ ਵਾਲਾ ਜਿਹੜਾ ਸਾਡਾ ਖਾਣਾ ਬਣਦਾ ਉਹਦੇ ਬਿਲਕੁਲ ਨਾਲ ਆ ਗਿਆ, ਬਹੁਤ ਬਦਬੂ ਮਾਰਦੀ ਹੈ। ਅਤੇ ਦਿੱਕਤ ਸਾਰਿਆਂ ਨਾਲੋਂ ਵੱਡੀ ਇਹ ਹੈ ਕਿ ਪ੍ਰੀ ਬੋਰਡ ਦੇ ਜਿਹੜੀ ਐਗਜ਼ਾਮ ਚੱਲ ਰਹੇ ਆ ਅਤੇ ਹੁਣ ਬੱਚਿਆਂ ਨੂੰ ਐਂਟਰ ਕਰਾਉਣ ਵਾਸਤੇ ਅਸੀਂ ਉੱਧਰ ਦੇਖੋ ਪੌੜੀ ਲਾਈ ਹੋਈ ਹੈ, ਉਹ ਪੌੜੀ ਰਾਹੀਂ ਬੱਚਿਆਂ ਨੂੰ ਅਸੀਂ ਐਂਟਰ ਕਰਾਉਂਦੇ ਹਾਂ। ਤੁਸੀਂ ਕਿਸੇ ਜਾਣੂ ਨਹੀਂ ਕਰਵਾਇਆ ਕਿਸੇ ਵੀ ਅਧਿਕਾਰੀ ਨੂੰ? ਨਹੀਂ ਸਰ, ਅਸੀਂ ਸਾਰੇ ਪਿੰਡ ਵਾਸੀਆਂ ਨੂੰ ਤੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੋਇਆ ਇਹਦੇ ਬਾਰੇ ਵਿੱਚ। ਤੇ ਤੁਸੀਂ ਕੀ ਮੰਗ ਕਰਦੇ? ਅਸੀਂ ਇਹੀ ਮੰਗ ਕਰਦੇ ਹਾਂ ਜੀ, ਜਿਹੜਾ ਹੈਗਾ ਸਭ ਆਹ ਜਿਹੜੀ ਮੇਨ ਸਮੱਸਿਆ ਹੈਗੀ ਆ ਇਹਨੂੰ ਹੱਲ ਕੀਤਾ ਜਾਵੇ। ਗੰਦਾ ਪਾਣੀ ਦੇਖੋ ਸਰ, ਜੇ ਜ਼ਿਆਦਾ ਦੇਰ ਤੱਕ ਇਹ ਗੰਦਾ ਪਾਣੀ ਖੜਾ ਰਿਹਾ ਤੇ ਇਹਦੇ ਉੱਤੇ ਮੱਖੀ ਮੱਛਰ ਪੈਦਾ ਹੋਣਗੇ ਤੇ ਬਿਮਾਰੀਆਂ ਵੀ ਫੈਲ ਸਕਦੀਆਂ ਸਰ। ਤਰਨ ਤਾਰਨ ਤੋਂ ਜਗਜੀਤ ਸਿੰਘ ਡਲ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼, ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ।